ਸਤਿ ਸ਼੍ਰੀ ਅਕਾਲ ਬੱਚਿਓ। ਅੱਜ ਆਪਾਂ ਹੱਲ ਕਰਾਂਗੇ 10ਵੀਂ ਦਾ ਸਾਇੰਸ ਨਾਲ ਸੰਬੰਧਿਤ ਜੋ ਪੈਸ ਦਾ ਟੈਸਟ ਹੋਇਆ ਸੀ ਉਹਦੇ ਆਪਾਂ ਉੱਤਰ ਜਾਣਾਂਗੇ। ਤੁਸੀਂ ਆਪਣੇ ਉੱਤਰਾਂ ਦਾ ਮਿਲਾਨ ਕਰਨਾ, ਤੁਹਾਡੇ ਕਿੰਨੇ ਅੰਕ ਬਣਦੇ ਨੇ, ਤੁਹਾਡੇ ਕਿੰਨੇ ਅੰਕ ਸਹੀ ਨੇ, ਕਿੰਨੇ ਪ੍ਰਸ਼ਨ ਸਹੀ ਨੇ। ਸੋਰੀ, ਸਟਾਰਟ ਕਰਦੇ ਹਾਂ ਬੇਟਾ ਫਸਟ ਕੁਐਸਚਨ ਤੋਂ। ਮਨੁੱਖੀ ਅੱਖ ਜਿਸ ਭਾਗ ਉੱਤੇ ਕਿਸੇ ਵਸਤੂ ਦਾ ਪ੍ਰਤੀਬਿੰਬ ਬਣਾਉਂਦੀ ਹੈ ਉਹ ਹੈ, ਜਿਸ ਭਾਗ ਉੱਤੇ ਮਨੁੱਖੀ ਅੱਖ ਪ੍ਰਤੀਬਿੰਬ ਬਣਾਉਂਦੀ ਹੈ ਬੇਟਾ, ਰੈਟੀਨਾ। ਇਹਦੇ ਲਈ ਫੋਰਥ ਆਪਸ਼ਨ ਸਹੀ ਬਣਨੀ ਸੀ। ਮਨੁੱਖੀ ਮਲ ਨਿਕਾਸ ਪ੍ਰਣਾਲੀ ਦੇ ਹੇਠਾਂ ਦਿੱਤੇ ਹੋਏ ਚਿੱਤਰ ਵਿੱਚ ਭਾਗ ਏ ਨੂੰ ਅੰਕਿਤ ਕਰੋ। ਭਾਗ ਏ ਮਤਲਬ ਜਿੱਥੇ ਏ ਹੈ, ਏ ਵਾਲਾ ਪਾਰਟ, ਇਹ ਕੀ ਹੈ, ਕੀ ਹੈ ਵੀ ਇਹ ਖੱਬੀ ਮੂਤਰ ਵਹਿਣੀ ਹੈ। ਇਹਦੇ ਲਈ ਪਹਿਲੀ ਆਪਸ਼ਨ ਸਹੀ ਬਣਨੀ ਸੀ। ਕਿਸੇ ਲੈਂਜ ਦੀ ਸਮਰੱਥਾ ਉਸਦੀ ਫੋਕਸ ਦੂਰੀ ਦੇ ਉਲਟ ਹੁੰਦੀ ਹੈ। ਲੈਂਜ ਦੀ ਸ਼ਕਤੀ ਦਾ ਐੱਸ ਆਈ ਮਾਤਰਕ ਕੀ ਹੈ, ਕੀ ਹੈ ਵੀ ਫੋਰਥ ਆਪਸ਼ਨ। ਡੈਪਟਰ ਦੇ ਵਿੱਚ ਆਪਾਂ ਲੈਂਜ ਦੀ ਸ਼ਕਤੀ ਮਾਪਦੇ ਹਾਂ ਪਾਸਕਲ ਪ੍ਰੈਸ਼ਰ ਵਾਸਤੇ। ਜੂਲ ਇਹ ਹੁੰਦਾ ਕਾਰਜ ਜਾਂ ਊਰਜਾ ਦੀ ਇਕਾਈ, ਨਿਊਟਨ ਆ ਜਿਹੜਾ ਉਹ ਬਲ ਦੀ ਇਕਾਈ ਹੁੰਦੀ ਹੈ। ਠੀਕ ਹੈ ਬੇਟਾ। ਬਿਜਲੀ ਪਾਣੀ ਦੇ ਬਿਜਲੀ ਉਪਘਟਨ ਦੌਰਾਨ ਡੈਸ਼ ਅਤੇ ਆਕਸੀਜਨ ਗੈਸ ਪੈਦਾ ਹੁੰਦੀ ਹੈ। ਪਾਣੀ ਦੇ ਬਿਜਲੀ ਉਪਘਟਨ ਕਾਰਨ ਕਿਹੜੀਆਂ ਕਿਹੜੀਆਂ ਗੈਸਾਂ ਪੈਦਾ ਹੁੰਦੀਆਂ ਪਾਣੀ ਦੇ ਬਿਜਲੀ ਉਪਘਟਨ ਦੇ ਵਿੱਚ? H2 ਮਤਲਬ ਹਾਈਡਰੋਜਨ ਗੈਸ ਅਤੇ ਆਕਸੀਜਨ ਗੈਸ, 2 ਮੋਲ ਹੁੰਦੇ ਨੇ ਵਾਟਰ ਦੇ। ਠੀਕ ਹੈ, ਤਾਂ ਕਿਹੜੀ ਗੈਸ ਪੈਦਾ ਹੁੰਦੀ ਹੈ? ਹਾਈਡਰੋਜਨ ਗੈਸ ਅਤੇ ਆਕਸੀਜਨ। ਤਾਂ ਇਹਦੇ ਲਈ ਸਹੀ ਆਪਸ਼ਨ ਕੀ ਆਉਣਾ ਸੀ? ਹਾਈਡਰੋਜਨ। ਮਨੁੱਖੀ ਲਹੂ ਦਵਾ ਦੀ ਨੋਰਮਲ ਪੜਤ ਕੀ ਹੁੰਦੀ ਹੈ, ਕਿਹੜੀ ਹੁੰਦੀ ਹੈ ਵੀ? 120 ਤੋਂ 80 mm ਆਫ HG ਮਤਲਬ ਮਰਕਰੀ। ਆਧੁਨਿਕ ਆਵਰਤੀ ਸਾਰਨੀ ਵਿੱਚ ਪਹਿਲੇ 10 ਤੱਤਾਂ ਵਿੱਚ ਕਿਹੜੀਆਂ ਧਾਤਾਂ ਹਨ, ਕਿਹੜੀਆਂ ਧਾਤਾਂ ਨੇ ਪਹਿਲੇ 10 ਦੇ ਵਿੱਚ ਜਿਹੜੀਆਂ ਹੁੰਦੀਆਂ? ਲੀਥੀਅਮ ਅਤੇ ਬਰੀਲੀਅਮ। ਤੀਜੀ ਆਪਸ਼ਨ ਇਹਦੇ ਲਈ ਸਹੀ ਆਊਗੀ। ਮਾਦਾ ਪ੍ਰਜਨਨ ਪ੍ਰਣਾਲੀ ਦੇ ਦਿੱਤੇ ਹੋਏ ਚਿੱਤਰ ਵਿੱਚ ਭਾਗ ਏ ਦਾ ਸਹੀ ਨਾਮ ਕੀ ਹੈ? ਜਿਹੜਾ ਏ ਲਿਖਿਆ ਆਪਣੇ ਕੋਲ ਇੱਥੇ, ਇਹ ਕੀ ਹੁੰਦਾ ਵੀ? ਅੰਡਕੋਸ਼। ਠੀਕ ਹੈ, ਇਹਦੇ ਲਈ ਥਰਡ ਆਪਸ਼ਨ ਸਹੀ ਬਣਨੀ ਸੀ। ਹੇਠਾਂ ਦਿੱਤੀ ਰਸਾਇਣਿਕ ਸਮੀਕਰਨ ਦੀ ਕਿਸਮ ਦੱਸੋ, ਕਿਹੜੀ ਸਮੀਕਰਨ ਹੈ? ਸਲਫੇਟ ਨੂੰ ਹਟਾ ਦਿੱਤਾ ਗਿਆ, ਮਤਲਬ ਕਾਪਰ ਨੂੰ ਰਿਪਲੇਸ ਕਰਤਾ ਜਿੰਕ ਨੇ, ਕਾਪਰ ਨੂੰ ਹਟਾ ਦਿੱਤਾ ਗਿਆ, ਜਿੰਕ ਆਪ ਲੱਗ ਗਿਆ ਸਲਫੇਟ ਨਾਲ। ਕਿਹੜੀ ਕਿਰਿਆ ਇਹ? ਵਿਸਥਾਪਨ ਕਿਰਿਆ। ਦੂਸਰੀ ਆਪਸ਼ਨ ਸਹੀ ਬਣਨੀ ਸੀ। ਅਗਲਾ ਕੁਐਸਚਨ, ਕੁਦਰਤ ਵਿੱਚ ਕਾਰਬਨ ਤੱਤ ਬਹੁਤ ਸਾਰੇ ਵੱਖ ਵੱਖ ਭੌਤਿਕ ਗੁਣਾਂ ਨਾਲ ਭਿੰਨ ਭਿੰਨ ਰੂਪਾਂ ਵਿੱਚ ਪਾਇਆ ਜਾਂਦਾ ਹੈ, ਚਿੱਤਰ ਵਿੱਚ ਕਾਰਬਨ ਦੇ ਕਿਹੜੇ ਰੂਪ ਦੀ ਰਚਨਾ ਦਿਖਾਈ ਗਈ ਹੈ? ਇਹ ਕਾਰਬਨ ਦਾ ਕਿਹੜਾ ਰੂਪ ਆ ਵੀ? ਡਾਇਗਰਾਮ ਦੇਖੀ ਹੋਣੀ ਤੁਸੀਂ ਬੁੱਕ ਦੇ ਵਿੱਚ, ਗ੍ਰੇਫਾਈਟ। ਇਹ ਕਿਹਦਾ ਸਟਰਕਚਰ ਬਣਾਇਆ ਹੋਇਆ? ਗ੍ਰੇਫਾਈਟ ਦਾ। ਤੀਜੀ ਆਪਸ਼ਨ ਸਹੀ ਬਣੇਗੀ। ਇੱਕ ਪਰਮਾਣੂ ਦੀ ਇਲੈਕਟ੍ਰੋਨੀ ਤਰਤੀਬ 2, 8, 7 ਹੈ, ਇਸ ਤੱਤ ਦਾ ਪਰਮਾਣੂ ਅੰਕ ਡੈਸ਼ ਹੈ। ਜਿਹੜੀ ਇਲੈਕਟ੍ਰੋਨ ਤਰਤੀਬ ਹੁੰਦੀ ਹੈ ਉਹ ਪਰਮਾਣੂ ਅੰਕ ਤੋਂ ਮਿਲ ਕੇ ਬਣਦੀ ਹੈ। ਪਰਮਾਣੂ ਅੰਕਾਂ ਨੂੰ, ਇਲੈਕਟ੍ਰੋਨ ਤਰਤੀਬ ਨੂੰ ਜੇ ਤੁਸੀਂ ਜੋੜ ਦੋਗੇ ਤਾਂ ਉਹ ਪਰਮਾਣੂ ਅੰਕ ਬਣ ਜੂਗਾ, 2, 8, 10 ਅਤੇ 7, 17। ਠੀਕ ਹੈ, ਤਾਂ ਉਹਦਾ ਪਰਮਾਣੂ ਅੰਕ ਕਿੰਨਾ? 17। ਮਤਲਬ ਉਹ ਕਿਹੜਾ ਤੱਤ ਹੈ? ਕਲੋਰੀਨ। ਤੀਜੀ ਆਪਸ਼ਨ ਸਹੀ ਸੀ। ਇਸ ਲਈ ਉਸ ਅਣੂ ਦਾ ਨਾਮ ਦੱਸੋ ਜਿਸਦੀ ਇਲੈਕਟ੍ਰੋਨ ਬਿੰਦੂ ਰਚਨਾ ਦੀ ਬਣਤਰ ਚਿੱਤਰ ਵਿੱਚ ਦਿਖਾਈ ਗਈ ਹੈ। ਠੀਕ ਹੈ, ਕਿਵੇਂ ਦਿਖਾਈ ਗਈ ਹੈ? ਕਾਰਬਨ ਦੇ ਨਾਲ 4 H ਲੱਗੇ ਹੋਏ ਨੇ, ਜਾਂ ਆਪਾਂ ਸਿੰਪਲੀ ਬੋਲੀਏ CH4। ਕਿਹਦਾ ਰਸਾਇਣਿਕ ਸੂਤਰ ਹੈ ਇਹ? ਮੀਥੇਨ ਦਾ। ਠੀਕ ਹੈ ਬੇਟਾ, ਫਸਟ ਆਪਸ਼ਨ ਇਹਦੇ ਲਈ ਸਹੀ ਆਏਗੀ, ਪਹਿਲੀ ਆਪਸ਼ਨ। ਭੋਜਨ ਦੇ ਕਿਸਮ ਅਤੇ ਉਪਲਬਧਤਾ ਦੇ ਆਧਾਰ 'ਤੇ ਪੋਸ਼ਣ ਦੀ ਵਿਧੀ ਵੱਖ ਵੱਖ ਪ੍ਰਕਾਰ ਦੀ ਹੋ ਸਕਦੀ ਹੈ, ਹੇਠ ਲਿਖਿਆਂ ਵਿੱਚੋਂ ਕਿਹੜਾ ਸਵੈ ਪੋਸ਼ੀ ਹੈ? ਸਵੈ ਪੋਸ਼ੀ ਉਹ ਹੁੰਦੇ ਨੇ ਜਿਹੜੇ ਆਪਣਾ ਭੋਜਨ ਆਪ ਤਿਆਰ ਕਰਦੇ ਨੇ। ਕਿਹੜੇ ਨੇ ਵੀ? ਹਰੇ ਪੌਦੇ ਸਵੈ ਪੋਸ਼ੀ ਹਨ। ਜਾਇਲਮ ਟਿਸ਼ੂ ਇੱਕ ਮਹੱਤਵਪੂਰਨ ਪੌਦਾ ਟਿਸ਼ੂ ਹੈ, ਪੌਦਿਆਂ ਵਿੱਚ ਜਾਇਲਮ ਟਿਸ਼ੂ ਦਾ ਕੀ ਕੰਮ ਹੈ? ਮਤਲਬ ਕੀ ਕੰਮ ਹੈ ਵੀ? ਪਾਣੀ ਦਾ ਪ੍ਰਵਹਿਣ। ਪਾਣੀ ਦਾ ਪ੍ਰਵਹਿਣ ਜਾਇਲਮ ਟਿਸ਼ੂ ਦੁਆਰਾ ਹੁੰਦਾ ਹੈ। ਫਲੋਇਮ ਦਾ, ਭੋਜਨ ਦਾ ਪ੍ਰਵਹਿਣ ਫਲੋਇਮ ਟਿਸ਼ੂ ਕਰਦਾ। ਠੀਕ ਹੈ ਬੇਟਾ, ਹੇਠ ਲਿਖਿਆਂ ਵਿੱਚੋਂ ਕਿਹੜਾ ਜੈਵ ਅਵਿਘਟਨਸ਼ੀਲ ਪਦਾਰਥ ਹੈ?
ਕਿਹੜਾ ਹੈ? ਪਲਾਸਟਿਕ। ਇਹ ਜੈਵ ਅਵਿਘਟਨਸ਼ੀਲ ਪਦਾਰਥ ਹੈ, ਮਤਲਬ ਇਹਦਾ ਵਿਘਟਨ ਨਹੀਂ ਹੁੰਦਾ, ਇਹ ਖਤਮ ਨਹੀਂ ਹੁੰਦਾ। ਹਰੇ ਪੌਦਿਆਂ ਵਿੱਚ ਸਵੈ ਪੋਸ਼ੀ ਪੋਸ਼ਣ ਲਈ ਜ਼ਰੂਰੀ ਹੈ। ਕੀ ਜ਼ਰੂਰੀ ਹੈ? ਕਾਰਬਨ ਡਾਈਆਕਸਾਈਡ ਅਤੇ ਪਾਣੀ, ਕਲੋਰੋਫਿਲ, ਸੂਰਜ ਦਾ ਪ੍ਰਕਾਸ਼, ਉਪਰੋਕਤ ਸਾਰੇ ਜ਼ਰੂਰੀ ਹਨ ਸਵੈ ਪੋਸ਼ੀ ਪੋਸ਼ਣ ਲਈ। ਆਪਣਾ ਭੋਜਨ ਤਿਆਰ ਕਰਨ ਦੇ ਲਈ ਉਹਨੂੰ ਹਰੇ ਇਹਨਾਂ ਸਾਰੀਆਂ ਚੀਜ਼ਾਂ ਦੀ ਲੋੜ ਪੈਂਦੀ ਹੈ। ਹੇਠ ਲਿਖਿਆਂ ਵਿੱਚੋਂ ਕਿਹੜਾ ਬਾਲਣ ਸਭ ਤੋਂ ਘੱਟ ਪ੍ਰਦੂਸ਼ਣ ਫੈਲਾਉਂਦਾ ਹੈ? ਸੰਪੀੜਿਤ ਕੁਦਰਤੀ ਗੈਸ ਜਾਂ CNG, ਮਿੱਟੀ ਦਾ ਤੇਲ, ਕੋਲਾ, ਲੱਕੜ। ਕਿਹੜਾ ਹੈ ਵੀ? CNG ਸਭ ਤੋਂ ਘੱਟ ਪ੍ਰਦੂਸ਼ਣ ਫੈਲਾਉਂਦਾ ਹੈ, ਕੁਦਰਤੀ ਗੈਸ। 2 ਮੀਟਰ ਫੋਕਸ ਦੂਰੀ ਵਾਲੇ ਅਵਤਲ ਲੈਂਜ ਦੀ ਸ਼ਕਤੀ ਗਿਆਤ ਕਰੋ। ਜਿਹੜੀ ਲੈਂਜ ਦੀ ਸ਼ਕਤੀ ਹੁੰਦੀ ਆ ਉਹ ਫੋਕਸ ਦੂਰੀ ਦਾ ਉਲਟ ਹੁੰਦਾ ਹੈ, ਠੀਕ ਹੈ। ਲੈਂਜ ਦੀ ਸ਼ਕਤੀ ਨੂੰ ਆਪਾਂ ਪੀ ਨਾਲ ਲਿਖਦੇ ਹਾਂ, ਪਾਵਰ ਫੋਕਸ ਦੂਰੀ ਦਾ ਉਲਟ ਹੁੰਦੀ ਹੈ, P=F। ਅਤੇ ਅਵਤਲ ਲੈਂਜ ਦੀ ਫੋਕਸ ਦੂਰੀ ਉਹ ਮਾਈਨਸ ਦੇ ਵਿੱਚ ਹੁੰਦੀ ਹੈ, ਮਤਲਬ ਮਾਈਨਸ ਦਾ 2 ਮੀਟਰ ਹੈ, ਤਾਂ ਸ਼ਕਤੀ ਕੀ ਹੋਜੂਗੀ? 1/-2। 1/-2 ਮਤਲਬ 0.5, ਮਤਲਬ -0.5 ਡੈਪਟਰ। ਤਾਂ ਉਹਦੇ ਲਈ ਸਹੀ ਆਪਸ਼ਨ ਕਿਹੜੀ ਆਏਗੀ? ਤੀਜੀ ਆਪਸ਼ਨ ਉਹਦੇ ਲਈ ਕੀ ਆਏਗੀ ਬੇਟਾ? ਸਹੀ ਆਏਗੀ। ਅਗਲਾ, ਵਸਤੂ ਨੂੰ ਅਵਤਲ ਦਰਪਣ ਸਾਹਮਣੇ ਕਿਸ ਸਥਿਤੀ ਵਿੱਚ ਰੱਖਿਆ ਜਾਵੇ ਤਾਂ ਜੋ ਪ੍ਰਤੀਬਿੰਬ ਆਭਾਸੀ ਅਤੇ ਸਿੱਧਾ ਬਣੇ? ਦੇਖੋ, ਵੈਸੇ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਆਭਾਸੀ ਅਤੇ ਸਿੱਧਾ ਪ੍ਰਤੀਬਿੰਬ ਲਈ ਆਪਾਂ ਵਸਤੂ ਨੂੰ ਫੋਕਸ ਅਤੇ ਪੋਲ ਦੇ ਵਿਚਕਾਰ ਰੱਖਦੇ ਹਾਂ। ਪਰ ਜੇ ਨਹੀਂ ਵੀ ਪਤਾ, ਤੁਹਾਨੂੰ ਇੱਥੋਂ ਡਾਇਗਰਾਮ ਤੋਂ ਹੀ ਕਲੀਅਰ ਹੋ ਜਾਂਦਾ ਵੀ ਵਸਤੂ ਆ ਜਿਹੜੀ ਆਹ ਰੱਖੀ ਹੋਈ ਹੈ। ਵਸਤੂ ਦੇਖੋ ਰੱਖੀ ਹੋਈ ਨਾ, ਓਬਜੈਕਟ ਲਿਖਿਆ ਤਾਂ ਕਿਹਦੇ ਵਿੱਚ ਰੱਖੀ ਹੋਈ ਹੈ? ਐੱਫ ਅਤੇ ਪੀ ਦੇ ਵਿਚਕਾਰ। ਤਾਂ ਇਹਦੇ ਲਈ ਸਹੀ ਆਪਸ਼ਨ ਦੂਜੀ ਬਣਨੀ ਸੀ, ਐੱਫ ਅਤੇ ਪੀ ਦੇ ਵਿਚਕਾਰ, ਮਤਲਬ ਫੋਕਸ ਅਤੇ ਪੋਲ ਦੇ ਵਿਚਕਾਰ, ਠੀਕ ਹੈ ਬੇਟਾ। ਅਗਲਾ ਕੁਐਸਚਨ, ਦਿੱਤੀ ਹੋਈ ਸਮੀਕਰਨ ਰਸਾਇਣਿਕ ਸਮੀਕਰਨ ਨੂੰ ਸੰਤੁਲਿਤ ਕਰਨ ਲਈ ਪਾਣੀ ਦੇ ਕਿੰਨੇ ਅਣੂਆਂ ਦੀ ਜ਼ਰੂਰਤ ਹੈ? ਪਾਣੀ ਦੇ ਕਿੰਨੇ ਅਣੂ ਵੀ ਆਪਾਂ ਹਾਈਡਰੋਜਨ ਦੇਖ ਲੈਂਦੇ ਹਾਂ, ਠੀਕ ਹੈ। ਇਸ ਪਾਸੇ ਹਾਈਡਰੋਜਨ 2 ਹੋ ਗਏ, ਇੱਥੇ 2 ਹੋ ਗਏ, 2 ਇੱਥੇ ਹੋ ਗਏ, 4। ਤਾਂ ਇਸ ਪਾਸੇ ਵੀ 4 ਹੋਣੇ ਚਾਹੀਦੇ ਨੇ, 2 ਹੈਗੇ ਨੇ, ਤਾਂ ਕਿੰਨੇ ਨਾਲ ਗੁਣਾ ਕਰਾਂਗੇ? 2 ਨਾਲ ਗੁਣਾ ਕਰਾਂਗੇ, ਠੀਕ ਹੈ। ਤਾਂ ਇਸ ਲਈ 2 ਅਣੂਆਂ ਦੀ ਜ਼ਰੂਰਤ ਹੈ, ਤੀਜੀ ਆਪਸ਼ਨ ਸਹੀ ਆਏਗੀ। ਅਗਲਾ ਕੁਐਸਚਨ ਲਾਸਟ, ਮੀਨਾਕਸ਼ੀ ਦਾ ਛੋਟਾ ਭਰਾ ਉਸ ਦੇ ਨਾਲ ਸੈਰ ਕਰਨ ਜਾ ਰਿਹਾ ਸੀ ਤਾਂ ਉਸਨੇ ਆਪਣੀ ਭੈਣ ਨੂੰ ਪੁੱਛਿਆ ਕਿ ਆਕਾਸ਼ ਦਾ ਰੰਗ ਨੀਲਾ ਕਿਉਂ ਦਿਖਾਈ ਦਿੰਦਾ ਹੈ? ਉਸ ਦੀ ਭੈਣ ਨੇ ਉਸ ਨੂੰ ਦੱਸਿਆ ਕਿ ਅਜਿਹਾ ਡੈਸ਼ ਕਾਰਨ ਹੁੰਦਾ ਹੈ। ਕਿਉਂ ਹੁੰਦਾ ਵੀ ਇਹ? ਨੀਲੇ ਰੰਗ ਦੇ ਪ੍ਰਕਾਸ਼ ਦੇ ਵੱਧ ਖਿੰਡਣ ਕਾਰਨ, ਪ੍ਰਕਾਸ਼ ਦੇ ਪਰਿਵਰਤਨ ਕਾਰਨ, ਪ੍ਰਕਾਸ਼ ਦੇ ਅਪਵਰਤਨ ਕਾਰਨ, ਕੁਦਰਤੀ ਤੌਰ 'ਤੇ ਨੀਲਾ ਰੰਗ ਕਾਰਨ, ਪ੍ਰਕਾਸ਼ ਦੇ ਵੱਧ ਖਿੰਡਣ ਕਾਰਨ। ਨੀਲੇ ਰੰਗ ਦਾ ਜਿਹੜਾ ਪ੍ਰਕਾਸ਼ ਦੇ ਵਿੱਚ ਵੱਧ ਖਿੰਡਰਾ ਹੋ ਜਾਂਦਾ ਹੈ, ਉਸ ਕਰਕੇ ਆਕਾਸ਼ ਦਾ ਰੰਗ ਆਪਾਂ ਨੂੰ ਨੀਲਾ ਦਿਖਾਈ ਦਿੰਦਾ ਹੈ। ਇਹ ਸੀ ਤੁਹਾਡਾ ਸਾਇੰਸ ਦਾ ਕਲਾਸ ਨਾਲ ਸੰਬੰਧਿਤ ਪੇਪਰ। ਮੈਨੂੰ ਉਮੀਦ ਆ ਤੁਹਾਡੇ ਸਾਰੇ ਕੁਐਸਚਨ ਸਹੀ ਹੋਣਗੇ ਅਤੇ ਤੁਸੀਂ ਪੂਰੇ ਅੰਕ ਇਹਦੇ ਵਿੱਚੋਂ ਪ੍ਰਾਪਤ ਕਰ ਲਏ ਹੋਣਗੇ। ਥੈਂਕ ਯੂ ਬੇਟਾ।